ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਪੁੱਤਰ ਡੋਨਲਡ ਜੇ ਟਰੰਪ ਜੂਨੀਅਰ ਦੀ ਭਾਰਤ ਯਾਤਰਾ ਉੱਤੇ ਅਮਰੀਕਾ ਨੇ ਤਕਰੀਬਨ $1,00,000 ਖਰਚ ਕੀਤੇ ਨੇ। ਅਮਰੀਕੀ ਟੈਕਸਦਾਤਾਵਾਂ ਦਾ ਧਨ, ਟਰੰਪ ਜੂਨੀਅਰ ਦੀ ਸੁਰੱਖਿਆ ਵਿੱਚ ਲੱਗੇ ਖੂਫੀਆ ਏਜੰਟਾਂ, ਉਹਨਾਂ ਦੇ ਓਵਰਟਾਈਮ, ਤਮਾਮ ਤੱਟੀ ਇਲਾਕਿਆਂ ਦੀ ਸੁਰੱਖਿਆ ਅਤੇ ਹੋਰ ਚੀਜ਼ਾਂ ਉੱਤੇ ਖਰਚ ਹੋਇਆ ਹੈ। ਟਰੰਪ ਜੂਨੀਅਰ ਫਰਵਰੀ 2018 ਵਿੱਚ ਵਪਾਰ ਦੇ ਸਿਲਸਿਲੇ ਵਿੱਚ ਨਿੱਜੀ ਯਾਤਰਾ ਉੱਤੇ ਭਾਰਤ ਆਏ ਸਨ ਅਤੇ 4 ਸ਼ਹਿਰ ਦਿੱਲੀ, ਮੁੰਬਈ, ਪੁਣੇ ਅਤੇ ਕੋਲਕਾਤਾ ਗਏ ਸੀ। ਉਹ ਟਰੰਪ ਆਰਗਨਾਈਜੇਸ਼ਨ ਵੱਲੋਂ ਬਣਾਏ ਜਾ ਰਹੇ ਲਗਜ਼ਰੀ ਕਾਂਡੋਸ ਦੇ ਪ੍ਰਚਾਰ ਲਈ ਭਾਰਤ ਆਏ ਸਨ। ਵਾਸ਼ਿੰਗਟਨ ਪੋਸਟ ਅਖਬਾਰ ਵਿੱਚ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਉਸਨੇ ਟਰੰਪ ਜੂਨੀਅਰ ਦੀ ਯਾਤਰਾ ਉੱਤੇ ਹੋਏ ਖਰਚ ਵਿੱਚ ਜਾਣਕਾਰੀ ਸੂਚਨਾ ਦੀ ਆਜ਼ਾਦੀ ਕਾਨੂੰਨ ਦੇ ਤਹਿਤ ਗ੍ਰਹਿ ਮੰਤਰਾਲੇ ਤੋਂ ਹਾਸਲ ਕੀਤੀ ਹੈ। ਅਖਬਾਰ ਮੁਤਾਬਕ ਪ੍ਰਾਪਤ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਜੂਨੀਅਰ ਦੀ ਫਰਵਰੀ ਵਿੱਚ ਹੋਈ ਯਾਤਰਾ ਦੌਰਾਨ ਹੋਟਲ ਦੇ ਕਮਰਿਆਂ, ਹਵਾਈ ਕਿਰਾਇਆ, ਕਾਰ ਅਤੇ ਸੀਕ੍ਰੀਟ ਸਰਵਿਸ ਏਜੰਟਾਂ ਦੇ ਓਵਰ ਟਾਈਮ ਉੱਤੇ $97,805 ਦਾ ਖਰਚ ਆਇਆ ਹੈ। ਵਿਕੀਲੀਕਸ ਦੇ ਸੰਸਥਾਪਕ ਜੂਲੀਅਮ ਅਨਸਾਜ ਉੱਤੇ ਅਮਰੀਕੀ ਅਦਾਲਤ ਵਿੱਚ ਦੋਸ਼ ਲਾਏ ਗਏ ਨੇ। ਅਨਸਾਜ ਨੇ ਸਾਲ 2010 ਵਿੱਚ ਵੱਡੀ ਗਿਣਤੀ ਵਿੱਚ ਅਮਰੀਕੀ ਖੁਫੀਆਈ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਸੀ। ਵਿਕੀਲੀਕਸ ਨੇ ਦੱਸਿਆ ਹੈ ਕਿ ਵਕੀਲਾਂ ਨੇ ਅਦਾਲਤ ਵਿੱਚ ਅਨਸਾਂਜ ਖਿਲਾਫ਼ ਦੋਸ਼ ਦਾਇਰ ਕੀਤਾ ਹੈ। ਅਸਾਂਜ ਖਿਲਾਫ਼ ਕਿਹੜੇ ਦੋਸ਼ ਲਾਏ ਹਨ ਇਸ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਵਿਕੀਲੀਕਸ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਅਮਰੀਕਾ ਦੇ ਨਿਆਂ ਵਿਭਾਗ ਨੇ ਅਚਾਨਕ ਵਿਕੀਲੀਕਸ ਦੇ ਪ੍ਰਕਾਸ਼ਕ ਜੂਲੀਅਨ ਅਨਸਾਂਜ ਖਿਲਾਫ਼ ਸੀਲਬੰਦ ਰੱਖੇ ਗਏ ਦੋਸ਼ਾਂ ਦਾ ਖੁਲਾਸਾ ਕੀਤਾ, ਜਿਹੜਾ ਇਸ ਤੋਂ ਅਸਬੰਧ ਕਿਸੇ ਮਾਮਲੇ ਵਿੱਚ ਕੱਟ ਐਂਡ ਪੋਸਟ ਦੀ ਗਲਤੀ ਪ੍ਰਤੀਤ ਹੁੰਦੀ ਹੈ। ਅਮਰੀਕਾ ਵਿੱਚ ਇੱਕ ਫੈਡਰਲ ਜੱਜ ਨੇ ਵਾਈਟ ਹਾਊਸ ਨੂੰ CNN ਦੇ ਪੱਤਰਕਾਰ ਜਿਮ ਅਕੋਸਟਾ ਦੇ ਪ੍ਰੈਸ ਪ੍ਰਮਾਣ ਪੱਤਰ ਨੂੰ ਤੁਰੰਤ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਜੁਡੀਸ਼ੀਅਲ ਕੋਰਟ ਦੇ ਜੱਜ ਟੈਮੋਥੀ ਕੇਲੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਲਿਆ। ਦੱਸ ਦਈਏ ਕਿ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਬਹਿਸ ਤੋਂ ਬਾਅਦ ਅਕੋਸਟਾ ਨੂੰ ਵਾਈਟ ਹਾਊਸ ਵਿੱਚ ਰਿਪੋਰਟਿੰਗ ਕਰਨ ਤੋਂ ਬੈਨ ਕਰ ਦਿੱਤਾ ਗਿਆ ਸੀ। CNN ਮੁਤਾਬਕ ਜੱਜ ਟੈਮੋਥੀ ਕੇਲੀ ਨੇ ਸੁਣਵਾਈ ਪੂਰੀ ਹੋਣ ਤੱਕ ਅਕੋਸਟਾ ਦੇ ਪ੍ਰੈਸ ਕਾਰਡ ਨੂੰ ਯਕੀਨਨ ਕਰਨ ਲਈ ਵਾਈਟ ਹਾਊਸ ਦੇ ਆਦੇਸ਼ ਉੱਤੇ ਅਸਥਾਈ ਤੌਰ ਉੱਤੇ ਰੋਕ ਲਾ ਦਿੱਤੀ ਹੈ। ਅਮਰੀਕਾ ਵਿੱਚ ਕਈ ਮੀਡੀਆ ਸਮੂਹਾਂ ਦਾ ਆਖਣਾ ਹੈ ਕਿ ਅਕੋਸਟਾ ਦੇ ਕਾਰਡ ਨੂੰ ਰੱਦ ਕਰਨ ਨਾਲ ਸੁਤੰਤਰ ਪ੍ਰੈਸ ਦੀ ਸੰਵਿਧਾਨਿਕ ਗਰੰਟੀ ਦਾ ਉਲੰਘਣਾ ਹੋਇਆ ਹੈ। ਕੇਲੀ ਨੇ ਕਿਹਾ ਹੈ ਕਿ ਉਹਨਾਂ ਦੇ ਆਦੇਸ਼ ਪੱਤਰਕਾਰ ਈ ਉਚਿਤ ਪ੍ਰਤੀਕਿਰਿਆ ਉੱਤੇ ਆਧਾਰਿਤ ਸੀ ਅਤੇ ਉਹ ਆਜ਼ਾਦ ਪ੍ਰੈਸ ਦੀ ਗਰੰਟੀ ਦੇਣ ਵਾਲੇ ਪਹਿਲੇ ਸੋਧ ਸਮੇਤ ਹੋਰ ਸੰਵਿਧਾਨਿਕ ਮੁੱਦਿਆਂ ਦੇ ਦਾਅ ਉੱਤੇ ਲੱਗੇ ਹੋਣ ਨੂੰ ਲੈ ਕੇ ਅਲੱਗ ਸੁਣਵਾਈ ਕਰਨਗੇ। ਅਮਰੀਕਾ ਵਿੱਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਖੁਫੀਆ ਏਜੰਸੀ CIA ਨੇ ਫੋਨ ਇੰਟਰਸੈਪਟਸ ਦੀ ਜਾਂਚ ਪੜਤਾਲ ਦੇ ਆਧਾਰ ਉੱਤੇ ਕਿਹਾ ਹੈ ਕਿ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸ਼੍ਰੀ ਖਸ਼ੋਗੀ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰਾਊਨ ਪ੍ਰਿੰਸ ਦੇ ਨਿਰਦੇਸ਼ ਮਿਲਣ ਉੱਤੇ ਸਾਊਦੀ ਰਾਜਦੂਤ ਨੇ ਸ਼੍ਰੀ ਖਸ਼ੋਗੀ ਨੂੰ ਇਸਤਾਂਬੁਲ ਵਿੱਚ ਸਾਊਦੀ ਦੂਤਵਾਸ ਜਾਣ ਲਈ ਕਿਹਾ ਸੀ, ਜਿੱਥੇ ਉਹਨਾਂ ਦੀ ਹੱਤਿਆ ਹੋਈ ਹੈ। ਫੇਸਬੁੱਕ ਨੇ ਕਿਹਾ ਹੈ ਕਿ ਉਹ ਨਫ਼ਰਤ ਭਰੇ ਭਾਸ਼ਣ, ਗ੍ਰਾਫਿਕ ਹਿੰਸਾ ਅਤੇ ਉਸਦੇ ਨਿਯਮਾਂ ਦੇ ਹੋਰ ਉਲੰਘਣ ਨੂੰ ਲੈ ਕੇ ਯੂਜ਼ਰਸ ਦੇ ਦੇਖਣ ਅਤੇ ਉਹਨਾਂ ਦੇ ਰਿਪੋਰਟ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਹਟਾਉਣ ਦੀ ਪ੍ਰਣਾਲੀ ਬਣਾ ਰਿਹਾ ਹੈ। ਸੋਸ਼ਲ ਨੈਟਵਰਕਿੰਗ ਸਾਈਟ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਸਤੰਬਰ ਦੌਰਾਨ ਉਸਨੇ ਜਿੰਨੇ ਨਫ਼ਰਤ ਭਰੇ ਭਾਸ਼ਣ ਦਾ ਪਤਾ ਲਗਾਇਆ ਉਹ ਪਿਛਲੇ 6 ਮਹੀਨਿਆਂ ਦੇ ਮੁਕਾਬਲੇ ਦੁੱਗਣੇ ਹਨ। ਫੇਸਬੁੱਕ ਦੀ ਛਿਮਾਹੀ ਰਿਪੋਰਟ ਉਦੋਂ ਆਈ ਹੈ ਜਦੋਂ ਉਹ ਫਰਜ਼ੀ ਅਖਬਾਰਾਂ ਨੂੰ ਲੈ ਕੇ ਅਮਰੀਕਾ, ਮਿਆਂਮਾਰ, ਭਾਰਤ ਅਤੇ ਹੋਰ ਕਿਤੇ ਚੋਣ ਦਖਲ, ਨਫ਼ਰਤ ਭਾਸ਼ਣ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਿੱਚ ਫੇਸਬੁੱਕ ਦੀ ਭੂਮਿਕਾ ਨਾਲ ਜੂਝ ਰਿਹਾ ਹੈ। ਸਰਦੀਆਂ ਵਿੱਚ ਬੇਘਰ ਅਤੇ ਗਰੀਬ ਲੋਕਾਂ ਦੀ ਮਦਦ ਲਈ ਹਰੇਕ ਸਾਲ ਸਮਾਜਿਕ ਕਾਰਕੁਨ ਅਤੇ ਆਮ ਲੋਕ ਵੱਡੇ ਪੱਧਰ ਉੱਤੇ ਗਰਮ ਕੱਪੜੇ ਦਾਨ ਕਰਦੇ ਨੇ, ਭਾਵੇਂ ਕਿ ਸਰੀਰ ਢੱਕਣ ਲਈ ਉਹਨਾਂ ਦੀ ਇੱਕ ਖਾਸ ਲੋੜ ਜੁਰਾਬਾਂ ਦੇਣ ਵੱਲ ਘੱਟ ਲੋਕ ਧਿਆਨ ਦਿੰਦੇ ਨੇ। ਅਮਰੀਕਾ ਵਿੱਚ ਬੇਘਰ ਲੋਕਾਂ ਦੀ ਇਸੇ ਸਮੱਸਿਆ ਨੂੰ ਦੇਖਦਿਆਂ ਡੇਵਿਡ ਹੀਥ ਐਂਡ ਰੇਡੀ ਗੋਲਡਨਬਰਗ ਨੇ ਇੱਕ ਕੰਪਨੀ ਬੋਮਬਾਜ਼ ਸੌਕਸ ਸ਼ੁਰੂ ਕੀਤੀ ਹੈ। ਕੰਪਨੀ ਦਾ ਮੁੱਖ ਉਦੇਸ਼ ਬੇਘਰ ਲੋਕਾਂ ਨੂੰ ਜੁਰਾਬਾਂ ਮੁਹੱਈਆ ਕਰਵਾਉਣਾ ਸੀ। ਬੀਤੇ 5 ਸਾਲਾਂ ਵਿੱਚ ਬੋਮਬਾਜ਼ ਕਰੀਬ 1 ਕਰੋੜ ਜੁਰਾਬਾਂ ਦਾਨ ਕਰ ਚੁੱਕਿਆ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਜਿੰਨੀਆਂ ਜੁਰਾਬਾਂ ਵੇਚਦੀ ਹੈ ਓਨੇ ਹੀ ਜੋੜੇ ਜੁਰਾਬਾਂ ਲੋੜਵੰਦਾਂ ਨੂੰ ਦਾਨ ਕਰਦੀ ਹੈ।
ਸੈਨ ਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ਦਾ ਕਹਿਣਾ ਹੈ ਕਿ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਧੂੰਏ ਕਾਰਨ ਵਿਜ਼ੀਬਿਲਟੀ ਵਿੱਚ ਕਮੀ ਆਈ ਹੈ ਅਤੇ ਇਸੇ ਕਾਰਨ 200 ਉਡਾਣਾਂ ਵਿੱਚ ਦੇਰੀ ਹੋਈ ਹੈ। ਹਵਾਈ ਅੱਡੇ ਦੇ ਬੁਲਾਰੇ ਡਗ ਯਾਕੇਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੁਪਹਿਰ ਨੂੰ 15% ਭਾਵ 195 ਉਡਾਣਾਂ ਵਿੱਚ ਲਗਭਗ 45 ਮਿੰਟ ਦੀ ਦੇਰੀ ਹੋਈ ਹੈ। ਵੀਰਵਾਰ ਨੂੰ ਤਕਰੀਬਨ 500 ਉਡਾਣਾਂ ਵਿੱਚ ਦੇਰੀ ਹੋਈ ਸੀ, ਜੋ ਹਵਾਈ ਅੱਡੇ ਦੀਆਂ ਕੁੱਲ ਉਡਾਣਾਂ ਦਾ 40% ਹੈ। ਰਿਪਬਲਿਕਨ ਪਾਰਟੀ ਦੇ ਇੱਕ ਸੀਨੀਅਰ ਸੈਨੇਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਕਿਸਤਾਨੀ ਨਾਗਰਿਕ ਆਸੀਆ ਬੀਬੀ ਨੂੰ ਸ਼ਰਨ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਅਪੀਲ ਕੀਤੀ ਹੈ। ਸੈਨੇਟਰ ਰੈਂਡ ਪੌਲ ਨੇ ਕਿਹਾ ਹੈ ਕਿ ਉਹਨਾਂ ਨੂੰ ਚਿੰਤਾ ਹੈ ਕਿ ਆਸੀਆ ਬੀਬੀ ਜਿਉਂਦੀ ਨਹੀਂ ਬਚੇਗੀ ਅਤੇ ਉਹਨਾਂ ਨੇ ਬੀਤੇ ਹਫ਼ਤੇ ਨਿੱਜੀ ਤੌਰ ਉੱਤੇ ਇਹ ਮਾਮਲਾ ਰਾਸ਼ਟਰਪਤੀ ਟਰੰਪ ਸਾਹਮਣੇ ਚੁੱਕਿਆ ਸੀ। ਪੌਲ ਨੇ ਇੱਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਆਸੀਆ ਬੀਬੀ ਨੂੰ ਮੁਕਤ ਕਰਵਾਉਣ ਲਈ ਲੜਦਾ ਰਿਹਾ ਹਾਂ। ਮੈਂ ਰਾਸ਼ਟਰਪਤੀ ਨੂੰ ਆਸੀਆ ਨੂੰ ਇੱਥੇ ਸ਼ਰਨ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਗੱਲ ਕਹੀ ਹੈ। ਕੈਨੇਡਾ ਦੇ ਡਾਕ ਸੇਵਾ ਵਿਭਾਗ ਨੇ ਸ਼ੁੱਕਰਵਾਰ ਨੂੰ ਦੁਨੀਆ ਅੱਗੇ ਅਪੀਲ ਕੀਤੀ ਹੈ ਕਿ ਲੋਕ ਫਿਲਹਾਲ ਡਾਕ ਰਾਹੀਂ ਕੋਈ ਵੀ ਸਮਾਨ ਜਾਂ ਚਿੱਠੀ ਉਹਨਾਂ ਦੇ ਦੇਸ਼ ਵਿੱਚ ਨਾ ਭੇਜਣ। ਇਸ ਦਾ ਭਾਵ ਹੈ ਕਿ ਸਾਰੀ ਦੁਨੀਆ ਦੇ ਲੋਕ ਹੁਣ ਕੈਨੇਡਾ ਵੱਸਦੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕੋਈ ਵੀ ਸਮਾਨ ਜਾਂ ਚਿੱਠੀਆਂ ਨਹੀਂ ਭੇਜ ਸਕਣਗੇ। ਇਸ ਦਾ ਕਾਰਨ ਡਾਕ ਕਰਮਚਾਰੀਆਂ ਦੀ ਹੜਤਾਲ ਹੈ। ਕਰਮਚਾਰੀਆਂ ਨੇ ਪਿਛਲੇ 5 ਹਫ਼ਤਿਆਂ ਤੋਂ ਹੜਤਾਲ ਕੀਤੀ ਹੋਈ ਹੈ। ਇਸ ਕਾਰਨ ਕੈਨੇਡਾ ਪੋਸਟ ਕੋਲ ਸਮਾਨ, ਪਾਰਸਲ ਅਤੇ ਚਿੱਠੀਆਂ ਦੇ ਢੇਰ ਲੱਗੇ ਹੋਏ ਨੇ। ਇੱਥੋਂ ਤੱਕ ਕਿ ਵਿਭਾਗ ਨੇ ਹੜਤਾਲ ਖਤਮ ਕਰਵਾਉਣ ਲਈ ਹਾਲ ਹੀ ਦੇ ਵਿੱਚ ਆਪਣੀ ਅਖੀਰੀ ਕੋਸ਼ਿਸ਼ ਦੇ ਰੂਪ ਵਿੱਚ ਕਰਮਚਾਰੀਆਂ ਨੂੰ ਲਵਾਉਣ ਦਾ ਪ੍ਰਸਤਾਵ ਵੀ ਦਿੱਤਾ ਸੀ, ਪਰ ਕਰਮਚਾਰੀਆਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਤੁਰਕੀ ਕੋਲ ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਨੂੰ ਲੈ ਕੇ ਸਾਊਦੀ ਅਰਬ ਦੀ ਕਹਾਣੀ ਦਾ ਖੰਡਨ ਕਰਨ ਵਾਲੇ ਹੋਰ ਸਬੂਤ ਹਨ, ਜਿਸ 'ਚ ਦੂਸਰੀ ਆਡੀਓ ਰਿਕਾਰਡਿੰਗ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਇਹ ਦੂਸਰੀ ਵਾਇਸ ਰਿਕਾਰਡਿੰਗ 15 ਮਿੰਟ ਦੀ ਦੱਸੀ ਜਾ ਰਹੀ ਹੈ, ਜਿਸ 'ਚ ਸਾਫ਼ ਤੌਰ 'ਤੇ ਪਤਾ ਲੱਗਦਾ ਹੈ ਕਿ ਵਾਸ਼ਿੰਗਟਨ ਪੋਸਟ ਦੇ ਕਾਲਮ ਨਵੀਸ ਦੀ ਹੱਤਿਆ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੱਸਿਆ ਕਿ ਪੂਰਬੀ ਕਾਂਗੋ ਵਿੱਚ ਵਿਦਰੋਹੀ ਮਲੇਸ਼ੀਆ ਦੇ ਖਿਲਾਫ ਇੱਕ ਮੁਹਿੰਮ 'ਚ ਸੰਯੁਕਤ ਰਾਸ਼ਟਰ ਦੇ 8 ਸ਼ਾਂਤੀ ਰੱਖਿਅਕਾਂ ਦੀ ਮੌਤ ਹੋਈ ਹੈ। ਕੌਂਸਲ ਨੇ ਦੱਸਿਆ ਕਿ ਤਨਜ਼ਾਨੀਆ ਦੇ ਇੱਕ ਹੋਰ ਮਾਲਾਵੀ ਦੇ 7 ਸ਼ਾਂਤੀ ਰੱਖਿਆਂ ਦੀ ਹੱਤਿਆ ਕਰ ਦਿੱਤੀ ਹੈ। ਇਹਨਾਂ ਮੌਤਾਂ ਨੂੰ 1 ਸਾਲ ਪਹਿਲਾਂ ਵਿਦਰੋਹੀਆਂ ਵੱਲੋਂ 15 ਫੌਜੀਆਂ ਦੀ ਹੱਤਿਆ ਦੇ ਕੀਤੇ ਜਾਣ ਤੋਂ ਬਾਅਦ ਕਾਂਗੋ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਬਲ ਨੂੰ ਹੋਏ ਸਭ ਤੋਂ ਵੱਡੇ ਨੁਕਸਾਨ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਚੀਨ ਅਤੇ ਵੈਟੀਕਨ 'ਚ ਸਮਝੌਤੇ ਦੀਆਂ ਕੋਸ਼ਿਸ਼ਾਂ ਵਿਚਕਾਰ ਵਿਸ਼ਵ ਦੇ ਲਾਪਤਾ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਵਿਸ਼ਵ ਪੀਟਰ ਸ਼ਾਓ ਯੂਮੀਨ ਬੀਤੇ ਕਈ ਦਿਨਾਂ ਤੋਂ ਲਾਪਤਾ ਹਨ। ਦੱਸੀਏ ਕਿ ਯੂਮੀਨ ਉਹ ਬਿਸ਼ਪ ਹਨ ਜਿਨ੍ਹਾਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਵਾਲੀ ਚਰਚ ਦੀ ਸੰਸਥਾ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਬ੍ਰੈਗਜ਼ਿਟ ਮੁੱਦੇ ਉੱਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਜੁੜੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਬ੍ਰੈਗਜ਼ਿਟ ਦੇ ਸਮਝੌਤੇ ਨੂੰ ਆਖਰੀ ਪੜਾਅ ਤੱਕ ਪਹੁੰਚਦਾ ਹੋਇਆ ਜ਼ਰੂਰ ਵੇਖੇਗੀ। ਉਹਨਾਂ ਕਿਹਾ ਕਿ ਇਸ ਡੀਲ ਦਾ ਸਭ ਤੋਂ ਲਾਭ ਹੋਵੇਗਾ ਅਤੇ ਰਾਸ਼ਟਰ ਦੇ ਹਿੱਤ ਵਿੱਚ ਹੈ। ਗਾਜ਼ਾ ਪੱਟੀ ਦੇ ਇਜ਼ਰਾਈਲੀ ਫੌਜੀਆਂ ਅਤੇ ਫਿਲਸਤੀਨੀ ਨਾਗਰਿਕਾਂ ਵਿਚਾਰੇ ਸ਼ੁੱਕਰਵਾਰ ਨੂੰ ਹੋਈਆਂ ਝੜਪਾਂ 'ਚ ਘੱਟੋ ਘੱਟ 40 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ। ਸਥਾਨਕ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਸ਼੍ਰੀਲੰਕਾਈ ਸੰਸਦ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਹੰਗਾਮੇ ਵਾਲੀ ਸਥਿਤੀ ਵੇਖਣ ਨੂੰ ਮਿਲੀ, ਇਸ ਦੌਰਾਨ ਸੰਸਦ ਮੈਂਬਰਾਂ ਨੇ ਇੱਕ ਦੂਜੇ ਉੱਤੇ ਮਿਰਚੀ ਪਾਊਡਰ ਅਤੇ ਫਰਨੀਚਰ ਸੁੱਟਿਆ। ਇਸ ਤੋਂ ਬਾਅਦ ਸਪੀਕਰ ਕਾਰੂ ਜੈਸੂਰੀਆ ਨੇ ਸਦਨ ਦੇ ਅੰਦਰ ਪੁਲਿਸ ਬੁਲਾਈ ਅਤੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕੀਤੀ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮੇਂ ਉੱਤੇ ਯੂ ਟਰਨ ਨਹੀਂ ਲੈਣ ਵਾਲਾ ਨੇਤਾ ਅਸਲੀ ਨੇਤਾ ਨਹੀਂ ਹੁੰਦਾ। ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਰਾਚੀ 'ਚ ਬੰਬ ਧਮਾਕੇ ਤੋਂ ਘੱਟੋ ਘੱਟ ਲੋਕਾਂ ਦੀ ਮੌਤ ਹੋਈ ਹੈ, ਜਦਕਿ 8 ਲੋਕ ਹੋਰ ਜ਼ਖਮੀ ਹੋਏ। ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀ ਨੇ ਸੂਚਨਾ ਦਿੱਤੀ ਹੈ। ਆਂਧਰਾ ਪ੍ਰਦੇਸ਼ ਸਰਕਾਰ ਨੇ CBI ਦੇ ਉਸ ਫੈਸਲੇ 'ਤੇ ਅਸਹਿਮਤੀ ਜਿਤਾਈ, ਜਿਸ 'ਚ CBI ਵੱਲੋਂ ਸੂਬੇ 'ਚ ਕਿਸੇ ਤਰ੍ਹਾਂ ਦੀ ਜਾਂਚ ਜਾਂ ਆਪਰੇਸ਼ਨ ਲਈ ਪਹਿਲਾਂ ਉਸਨੂੰ ਸੂਬਾਈ ਸਰਕਾਰ ਤੋਂ ਇਜਾਜ਼ਤ ਲੈਣ ਦੀ ਗੱਲ ਕਹੀ ਗਈ ਹੈ। ਨਾਇਡੂ ਦੇ ਇਸ ਕਦਮ 'ਚ ਕਾਂਗਰਸ ਦੇ ਮਮਤਾ ਬੈਨਰਜੀ ਨੇ ਖੁੱਲ੍ਹ ਕੇ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਾਲੇ ਵੁਹਾਨ ਸਿਖਰ ਸੰਮੇਲਨ ਨੇ ਦੋਹਾਂ ਦੇਸ਼ਾਂ ਦੀਆਂ ਗਲਤ ਫਹਿਮੀਆਂ ਦੂਰ ਕੀਤਾ, ਜਿਸ ਨਾਲ ਉਹ ਸੰਸਾਰੀਕਰਨ ਵਰਗੇ ਕਈ ਮੁੱਦਿਆਂ 'ਤੇ ਮਿਲ ਕੇ ਕੰਮ ਕਰ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਹੀਆ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਰੂਪ 'ਚ ਮੋਦੀ ਦੀ ਮਾਲਦੀਵ ਦੀ ਇਹ ਪਹਿਲੀ ਯਾਤਰਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਆਪਣੇ ਭਾਸ਼ਣ 'ਚ ਭ੍ਰਿਸ਼ਟਾਚਾਰ ਦੀ ਗੱਲ ਨਹੀਂ ਕਰਦੇ, ਜਿਵੇਂ ਕਿ ਉਹ ਸੱਤਾ 'ਚ ਆਉਣ ਤੋਂ ਪਹਿਲਾਂ ਕਰਦੇ ਹੁੰਦੇ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਥਾਨਾਂ ਦੇ ਨਾਂ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਹਮਲਾ ਬੋਲਿਆ ਹੈ। ਮਮਤਾ ਨੇ ਕਿਹਾ ਕਿ ਭਾਜਪਾ ਇਤਿਹਾਸ ਪਰਿਵਰਤਨ, ਨਾਮ ਪਰਿਵਰਤਨ, ਸੰਸਥਾ ਪਰਿਵਰਤਨ ਹੈ ਅਤੇ ਉਹ ਗੇਮ ਪਰਿਵਰਤਨ ਨਹੀਂ ਹੈ। ਭਾਰਤ 'ਚ ਚੀਨੀ ਰਾਜਦੂਤ ਲਿਊ
ਜਾਹੋਈ ਨੇ ਨਵੀਂ ਦਿੱਲੀ ਵਿਖੇ ਚੀਨੀ ਭਾਰਤੀ ਨੌਜਵਾਨ ਵਾਰਤਾ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਚੀਨੀ ਰਾਜਦੂਤ ਨੇ ਕਿਹਾ ਕਿ ਚੀਨ ਅਤੇ ਭਾਰਤ ਦੇ ਸੰਬੰਧ ਮੌਜੂਦਾ ਸਮੇਂ 'ਚ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਹੇ ਨੇ। ਉਹਨਾਂ ਨੇ ਭਾਰਤੀ ਅਤੇ ਚੀਨੀ ਨੌਜਵਾਨਾਂ ਨੂੰ ਇੱਕ ਦੂਜੇ ਦੇ ਦੇਸ਼ਾਂ 'ਚ ਸਿੱਖਿਆ ਗ੍ਰਹਿਣ ਕਰਨ ਦਾ ਸੰਦੇਸ਼ ਦਿੱਤਾ। ਜੰਮੂ ਕਸ਼ਮੀਰ 'ਚ ਅੱਜ ਕੱਲ੍ਹ ਪਹਿਲੇ ਪੜਾਅ ਦੀਆਂ ਪੰਚਾਇਤਾਂ ਚੋਣਾਂ ਲਈ ਵੋਟਿੰਗ ਹੋਈ। ਤਾਮਿਲਨਾਡੂ 'ਚ ਭਿਆਨਕ ਚੱਕਰਵਾਤੀ ਤੂਫਾਨ ਗਾਜ਼ਾ ਨੇ ਕਾਫ਼ੀ ਤਬਾਹੀ ਮਚਾਈ ਅਤੇ ਸੂਬੇ 'ਚ ਵੱਖ ਵੱਖ ਹਾਦਸਿਆਂ 'ਚ 23 ਲੋਕਾਂ ਦੀ ਮੌਤ ਹੋਈ ਹੈ। ਅੰਮ੍ਰਿਤਸਰ ਵਿੱਚ ਅਸੀਂ ਸਿੱਖ ਸੰਗਤ ਨੂੰ ਯਕੀਨ ਦਿਵਾਉਂਦੇ ਹਾਂ ਕਿ ਗੁਰੂ ਦੀ ਬਖਸ਼ਿਸ਼ ਅਤੇ ਸੰਗਤ ਦੇ ਸਮਰਥਨ ਸਦਕਾ ਚੀਫ ਖਾਲਸਾ ਦੀਵਾਰ ਨੂੰ ਉਸ ਮੁਕਾਮ ਉੱਤੇ ਵਾਪਸ ਲੈ ਕੇ ਜਾਵਾਂਗੇ ਜਿੱਥੇ ਇਹ ਹੋਣਾ ਜ਼ਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ, ਠੇਕੇਦਾਰ ਭਾਗ ਸਿੰਘ ਅਣਕੀ, ਰਾਜਮਿੰਦਰ ਸਿੰਘ ਮਜੀਠੀਆ ਅਤੇ ਧਨਰਾਜ ਸਿੰਘ ਵੱਲੋਂ ਦੀਵਾਨ ਦੀਆਂ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਅਤੇ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਚੋਣ ਮੈਨੀਫੈਸਟੋ ਜਾਰੀ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਚੀਫ ਖਾਲਸਾ ਦੀਵਾਨ ਦੀ ਬੁਨਿਆਦ ਸਿੱਖੀ ਅਤੇ ਸਿੱਖਿਆ ਨੂੰ ਪ੍ਰਫੁੱਲਤ ਕਰਨ ਵਰਗੇ ਸਰੋਕਾਰਾਂ ਲਈ ਰੱਖੀ ਗਈ ਸੀ। ਦੀਵਾਨ ਦਾ ਸ਼ੁੱਧ ਕਾਰਜ ਗੁਰੂ ਸਿਧਾਂਤ ਅਨੁਸਾਰ ਧਰਮ, ਸਦਾਚਾਰ ਅਤੇ ਮਾਨਵੀ ਕਲਿਆਣ ਨੂੰ ਮੁੱਖ ਰੱਖ ਕੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਨਾਲ ਹੈ। ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਰਾਸ਼ਟਰੀ ਮੀਡੀਆ ਮੁਖੀ ਸ਼ਿਵਮ ਛਾਬੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਰਾਹੁਲ ਗਾਂਧੀ ਉੱਤੇ ਖੂਬ ਬਿਆਨਬਾਜ਼ੀ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਰਾਫੇਲ ਮਾਮਲੇ ਉੱਤੇ ਰਾਜਨੀਤੀ ਕਰ ਰਹੇ ਨੇ। ਰਾਹੁਲ ਗਾਂਧੀ ਮੁਤਾਬਕ ਬਿਆਨਬਾਜ਼ੀ ਕਰਕੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਸੰਜੇ ਭੰਡਾਰੀ ਨਾਲ ਆਪਣੇ ਰਿਸ਼ਤੇ ਬਾਰੇ ਲੋਕਾਂ ਨੂੰ ਜਵਾਬ ਦੇਣ। ਬਟਾਲਾ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਆਪਣੇ ਸਾਥੀਆਂ ਸਮੇਤ ਗਾਂਧੀ ਚੌਂਕ ਵਿਖੇ ਚੱਕਾ ਜਾਮ ਕਰਕੇ ਨਗਰ ਕੌਂਸਲ ਦੇ ਖਿਲਾਫ਼ ਜਾਮ ਕੇ ਨਾਅਰੇਬਾਜ਼ੀ ਕੀਤੀ ਅਤੇ ਈਓ ਨਗਰ ਕੌਂਸਲ ਭੁਪਿੰਦਰ ਸਿੰਘ ਅਤੇ ਪ੍ਰਧਾਨ ਨਰੇਸ਼ ਮਹਾਜਨ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਨੇ ਦੱਸਿਆ ਹੈ ਕਿ ਅੰਮ੍ਰਿਤ ਸਕੀਮ ਯੋਜਨਾ ਤਹਿਤ 270 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਗ੍ਰਾਂਟ ਦਾ ਆਦੇਸ਼ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ਵੀ ਸ਼ਹਿਰ ਦੇ ਸੁਧਾਰ ਲਈ ਅੱਗੇ ਆਉਣ ਅਤੇ ਹੋਰਾਂ ਨੂੰ ਵੀ ਅਪੀਲ ਕਰਨ। ਪਟਿਆਲਾ ਵਿੱਚ ਸਥਿਤ ਮਾਸਟਰ ਤਾਰਾ ਸਿੰਘ ਪਾਰਕ ਵਿੱਚ ਬਲੱਡ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਅਤੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਅਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਵੀ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਖੂਨਦਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਨੇ ਸੰਸਥਾ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਅਤੇ ਪਰਨੀਤ ਕੌਰ ਨੇ ਕਿਹਾ ਹੈ ਕਿ ਇਸ ਬਲੱਡ ਨਾਲ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਆਪਣੇ ਸਮੇਂ ਦੇ ਨਾਮਵਰ ਕਬੱਡੀ ਖਿਡਾਰੀ ਕਪੂਰ ਸਿੰਘ ਚੋਹਲਾ ਦੇ ਪੋਤਰੇ ਅਤੇ ਪੂਰੀ ਦੁਨੀਆ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖੇਤਰ ਵਿੱਚ ਧੁੰਮਾਂ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਸਟਾਰ ਸੁਖਮਨ ਸਿੰਘ ਚੋਹਲਾ ਦੀ ਅੱਜ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ ਉੱਤੇ ਦੇਹਾਂਤ ਹੋ ਗਿਆ। ਜਿਵੇਂ ਹੀ ਸਟਾਰ ਰੇਡਰ ਬਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵੱਸਦੇ ਕਬੱਡੀ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਪਤਾ ਲੱਗਿਆ ਤਾਂ ਉਸ ਸਮੇਂ ਹੀ ਸਮੁੱਚੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਹਰ ਕੋਈ ਆਪਣੇ ਮਹਿਬੂਬ ਖਿਡਾਰੀ ਦੇ ਅੰਤਿਮ ਦਰਸ਼ਨ ਕਰਨ ਲਈ ਸਥਾਨਕ ਕਸਬੇ ਵਿੱਚ ਉਹਨਾਂ ਦੇ ਗ੍ਰਹਿ ਪੁੱਜੇ, ਜਿੱਥੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲ ਨੇ ਸੁਖਮਨ ਦੀ ਮੌਤ ਨੂੰ ਕਬੱਡੀ ਜਗਤ ਲਈ ਵੱਡਾ ਘਾਟਾ ਦੱਸਿਆ। ਜਿੱਥੇ ਇੱਕ ਪਾਸੇ ਰਾਜਨੀਤਿਕ ਪਾਰਟੀਆਂ ਅਤੇ ਪੰਚਾਇਤ ਸੰਸਥਾਵਾਂ ਵਿਕਾਸ ਅਤੇ ਸਮਾਜਿਕ ਭਲਾਈ ਲਈ ਹਰ ਸਮੇਂ ਯਤਨਸ਼ੀਲ ਰਹਿੰਦੀਆਂ ਨੇ ਤਾਂ ਉੱਥੇ ਹੀ ਸਮਾਜ ਭਲਾਈ ਸੰਸਥਾਵਾਂ ਵੀ ਮਨੁੱਖਤਾ ਦੀ ਭਲਾਈ ਲਈ ਹਰ ਸਮੇਂ ਯੋਗ ਕਦਮ ਚੁੱਕ ਰਹੀਆਂ ਨੇ। ਇਸ ਦੀ ਇੱਕ ਮਿਸਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਡਡਹੇੜੀ ਤੋਂ ਸਾਹਮਣੇ ਆਈ ਹੈ, ਜਿੱਥੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬਣਿਆ ਹੋਇਆ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਿੰਡ ਦੀ ਨਕਸ਼ ਨੁਹਾਰ ਬਦਲਣ ਵਿੱਚ ਲੱਗਿਆ ਹੋਇਆ। ਜਿਸ ਦੌਰਾਨ ਕਲੱਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਪਿੰਡ ਵਿੱਚ ਬੂਟੇ, ਸੋਲਰ ਲਾਈਟਾਂ ਅਤੇ ਜਨਤਕ ਥਾਵਾਂ ਉੱਤੇ ਅਖਬਾਰ ਦੇ ਬਜ਼ੁਰਗਾਂ ਦੇ ਬੈਠਣ ਲਈ ਵੀ ਯੋਗ ਪ੍ਰਬੰਧ ਕੀਤਾ ਗਿਆ।
ਲੁਧਿਆਣਾ ਵਿੱਚ SGF ਟੀਮ ਵੱਲੋਂ ਟਰਾਂਸਪੋਰਟਰ ਨਗਰ ਦੇ ਵਿੱਚ ਕੀਤੀ ਸਪੈਸ਼ਲ ਨਾਕੇਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ਉੱਤੇ ਇੱਕ ਇਨੋਵਾ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਕਾਰ ਦੇ ਏਅਰ ਫਿਲਟਰ ਵਿੱਚ ਰੱਖੀ ਹੋਈ 1 ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ AIG ਸਨੇਹਦੀਪ ਸ਼ਰਮਾ ਨੇ ਦੱਸਿਆ ਹੈ ਕਿ ਕਾਬੂ ਕੀਤੇ ਆਰੋਪੀ ਦਿੱਲੀ ਤੋਂ ਸਸਤੇ ਰੇਟ ਉੱਤੇ ਹੈਰੋਇਨ ਖਰੀਦ ਕੇ ਲੁਧਿਆਣੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮਹਿੰਗੇ ਭਾਅ ਉੱਤੇ ਵੇਚਦੇ ਸਨ। ਉਹਨਾਂ ਨੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਅੰਮ੍ਰਿਤਸਰ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਅਲੈਕਸਾਂਡਰ ਜਵਰੇਵ ਨੇ ਜਾਨ ਇਨਸਨ ਨੂੰ ਸਿੱਧੇ ਸੱਟਾਂ 'ਚ ਹਰਾ ਕੇ ATP ਫਾਈਨਲਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ, ਜਿੱਥੇ ਉਹਨਾਂ ਦਾ ਮੁਕਾਬਲਾ ਰੋਜ਼ਰ ਫੈਡਰਰ ਨਾਲ ਹੋਵੇਗਾ। ਬ੍ਰਿਟਿਸ਼ ਅਦਾਲਤ ਨੇ ਕਥਿਤ ਬੁੱਕੀ ਸੰਜੀਵ ਕੁਮਾਰ ਚਾਵਲਾ ਨੂੰ ਭਾਰਤ ਸੁਪਰਦਗੀ ਕਰਨ ਦੇ ਖਿਲਾਫ਼ ਫੈਡਰਲ ਅਦਾਲਤ ਦੇ ਫੈਸਲੇ ਨੂੰ ਰੱਦ ਕੀਤਾ। ਇਸ ਦੇ ਨਾਲ ਹੀ ਜ਼ਿਲ੍ਹਾ ਜੱਜ ਨੇ ਉਸਦੇ ਖਿਲਾਫ਼ ਸੁਪਰਦਗੀ ਕਾਰਵਾਈ ਕਰਨ ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਭਾਰਤੀ ਫੁੱਟਬਾਲ ਟੀਮ ਪਹਿਲੀ ਵਾਰ ਜੋਰਡਨ ਨਾਲ ਭਿੜੀ। ਇਹ ਇਤਿਹਾਸਿਕ ਮੁਕਾਬਲਾ ਸ਼ਨੀਵਾਰ ਨੂੰ ਜੋਰਡਨ ਦੇ ਆਪਣੇ ਸ਼ਹਿਰ ਓਮਾਨ ਵਿੱਚ ਹੋਇਆ ਹੈ। ਭਾਰਤ ਦੀ 21 ਸਾਲਾ ਮਨੀਸ਼ਾ ਮੌਨ ਨੇ ਤਜਰਬੇਕਾਰ ਐਲ ਸਰਿਤਾ ਦੇਵੀ ਨੇ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤੂ ਸ਼ੁਰੂਆਤ ਕਰਦਿਆਂ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ। ਕਪਤਾਨ ਜੋ ਦੇ ਸ਼ਾਨਦਾਰ ਸੈਂਕੜੇ ਨਾਲ ਇੰਗਲੈਂਡ ਦੀ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਵਿੱਚ 9 ਵਿਕਟਾਂ ਦੇ 324 ਦੌੜਾਂ ਬਣਾਈਆਂ। ਭਾਰਤੀ ਨੌਜਵਾਨ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ IPL ਟੀਮ ਦਿੱਲੀ ਡੇਅਰ ਡਿਵਿਲਸ ਨੇ IPL 2019 ਦੇ 12ਵੇਂ ਸੈਸ਼ਨ ਲਈ ਟੀਮ 'ਚ ਰਿਟੇਨ ਕੀਤਾ ਹੈ। ਹਾਲ ਹੀ 'ਚ ਆਸਟ੍ਰੇਲੀਆ ਨਾਲ ਹੋਈ ਸੀਰੀਜ਼ ਬਿਸਕਟ ਟਰਾਫੀ ਨਾਲ ਹੋਈ ਸ਼ਰਮਿੰਦਗੀ ਤੋਂ ਬਾਅਦ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਟੈਸਟ ਸੀਰੀਜ਼ ਹੋਣ ਵਾਲੀ ਹੈ ਅਤੇ ਸੀਰੀਜ਼ 'ਚ ਮਿਲਣ ਵਾਲੀ ਟਰਾਫੀ ਦਾ ਨਾਂ ਦਿੱਤਾ ਗਿਆ ਹੈ OAOA ਕੱਪ। ਫਾਰਮੂਲਾ ਵੈਨ ਦੇ ਚੈਂਪੀਅਨ ਡਰਾਈਵਰ ਲੂਇਸ ਹੈਮਿਲਟਨ ਨੇ ਭਾਰਤ ਨੂੰ ਗਰੀਬ ਦੇਸ਼ ਕਹੇ ਜਾਣ 'ਤੇ ਹੋਣ ਵਾਲੀ ਆਲੋਚਨਾ 'ਤੇ ਬਾਅਦ ਸਫਾਈ ਪੇਸ਼ ਕੀਤੀ। ਉਹਨਾਂ ਨੇ ਆਪਣੀ ਸਫਾਈ 'ਚ ਕੁਝ ਅਜਿਹੀਆਂ ਗੱਲਾਂ ਕੀਤੀਆਂ ਨੇ ਜੋ ਭਾਰਤੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਸਕਦੀਆਂ ਨੇ। ਚੌਥਾ ਦਰਜਾ ਪ੍ਰਾਪਤ ਕਿੰਦਾਬੀ ਸ਼੍ਰੀਕਾਂਤ ਨੂੰ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਪੁਰਸ਼ ਸਿੰਗਲ ਕੁਆਟਰ ਫਾਈਨਲ 'ਚ ਆਪਣੇ ਤੋਂ ਹੇਠਾਂ ਦਰਜਾ ਪ੍ਰਾਪਤ ਜਪਾਨੀ ਖਿਡਾਰੀ ਕੈਂਤੋ ਨਿਸ਼ੀਮੋਤਾ ਤੋਂ ਉਲਟ ਫੇਰ ਦਾ ਸਾਹਮਣਾ ਕਰਨਾ ਪਿਆ। ਕੈਪੀਟਲ ਮਾਰਕੀਟ ਰੈਗੂਲੇਟਰ SEBI ਨੇ ਬਾਜ਼ਾਰ 'ਚ ਉਸ਼ਦੇਵ ਇੰਟਰਨੈਸ਼ਨਲ ਦੇ ਸ਼ੇਅਰ ਦੀ ਖਰੀਦਦਾਰੀ 'ਚ ਕੰਡ ਧੁੱਪ ਕਰਨ ਦੇ ਮਾਮਲੇ 'ਚ 19 ਲੋਕਾਂ 'ਤੇ 2,45,00,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਹੁਣ ਜਲਦ ਹੀ ਵਿਜੇ ਮਾਲਿਆ ਨੂੰ ਬ੍ਰਿਟੇਨ ਦੀ ਅਦਾਲਤ ਵੱਲੋਂ ਭਾਰਤ ਦੇ ਸਪੁਰਦ ਕੀਤਾ ਜਾ ਸਕਦਾ ਹੈ। UK ਦੀ ਅਦਾਲਤ ਨੇ ਭਾਰਤੀ ਭਗੌੜਿਆਂ ਦੀ ਹਵਾਲਗੀ ਲਈ ਤਿਹਾੜ ਜੇਲ੍ਹ ਨੂੰ ਸੁਰੱਖਿਅਤ ਜਗ੍ਹਾ ਕਰਾਰ ਦਿੱਤਾ ਹੈ। ਭਾਰਤੀ ਅਮਰੀਕੀ ਸ਼ਾਂਤਨੂ ਨਰਾਇਣ 2018 ਦੀ ਫਾਰਚੂਨ ਬਿਜ਼ਨਸ ਪਰਸਨਲ ਆਫ ਦੀ ਰੀਅਰ ਸੂਚੀ ਵਿੱਚ ਸ਼ਾਮਲ ਹੈ। ਸੂਚੀ ਵਿੱਚ 20 ਲੋਕਾਂ ਦੇ ਨਾਂ ਹਨ, ਜਿਨ੍ਹਾਂ 'ਚੋਂ ਨਰਾਇਣ ਦਾ ਨਾਂ 12ਵੇਂ ਸਥਾਨ ਉੱਤੇ ਹੈ। ਭਾਰਤੀ ਰਿਜ਼ਰਵ ਬੈਂਕ ਨੇ ਗਵਰਨਰ ਊਰਜਿਤ ਪਟੇਲ 27 ਨਵੰਬਰ ਨੂੰ ਇੱਕ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਸੂਤਰਾਂ ਨੇ ਕਿਹਾ ਕਿ ਗਵਰਨਰ ਕਮੇਟੀ ਦੇ ਸਾਹਮਣੇ ਸਰਕਾਰ ਦੇ ਨਾਲ ਮਤਭੇਦਾਂ, ਅਰਥ ਵਿਵਸਥਾ ਅਤੇ ਨੋਟਬੰਦੀ ਨਾਲ ਸੰਬੰਧਿਤ ਮੁੱਦਿਆਂ ਉੱਤੇ ਜਾਣਕਾਰੀ ਦੇਣਗੇ। ਚਾਲੂ ਹਾੜੀ ਮੌਸਮ ਵਿੱਚ ਫਿਲਹਾਲ ਦਲਹਨ ਫਸਲਾਂ ਦੀਆਂ ਬਿਜਾਈ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 18% ਪਿੱਛੇ ਚੱਲ ਰਿਹਾ ਅਤੇ ਕਣਕ ਅਤੇ ਝੋਨਾ ਹੇਠਲ ਰਕਬਾ ਵੀ ਘੱਟ ਹੈ। ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਖੰਡ ਅਤੇ ਸਬਸਿਡੀ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਿਕਾਇਤ ਦਰਜ ਕਰਾਈ। ਇਸਦਾ ਮੰਨਣਾ ਹੈ ਕਿ ਭਾਰਤ ਸਰਕਾਰ ਦੀ ਸਬਸਿਡੀ ਨੀਤੀ ਨਾਲ ਨੁਕਸਾਨ ਆਸਟ੍ਰੇਲੀਆਈ ਉਤਪਾਦਾਂ ਨੂੰ ਹੋਇਆ ਹੈ। ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਆਪਣੀ ਫਿਲਮ ਚੀਟ ਇੰਡੀਆ ਲੈ ਕੇ ਆ ਰਹੇ ਨੇ। ਇਸ ਵਿੱਚ ਉਹ ਭਾਰਤੀ ਸਿੱਖਿਆ ਪ੍ਰਣਾਲੀ 'ਤੇ ਜ਼ੋਰਦਾਰ ਵਾਰ ਕਰਦੇ ਨਜ਼ਰ ਆਉਣਗੇ। ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਦੇ ਸੀਜ਼ਨ 6 'ਚ ਇੱਕ ਵਾਰ ਫਿਰ ਤੋਂ ਜੋੜੀ ਦਾ ਧਮਾਲ ਨਜ਼ਰ ਆਉਣ ਵਾਲਾ। ਸ਼ੋਅ ਦੇ ਅਗਲੇ ਐਪੀਸੋਡ 'ਚ ਕਾਜ਼ੁਲ ਅਤੇ ਅਜੇ ਦੇਵਗਨ ਇਕੱਠੇ ਸ਼ਿਰਕਤ ਕਰਨ ਜਾ ਰਹੇ ਨੇ। ਸ਼ਾਹਰੁਖ ਖਾਨ ਦੀ 0-21 ਦਸੰਬਰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਤੋਂ ਠੀਕ ਹਫ਼ਤੇ ਬਾਅਦ ਰਣਵੀਰ ਸਿੰਘ ਦੀ ਸਿੰਘਾ ਥੀਏਟਰਾਂ ਵਿੱਚ ਆ ਰਹੀ ਹੈ। ਦੋਵਾਂ 'ਚ ਵੱਡੀ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ। ਸੀਰੀਜ਼ ਮਿਰਜ਼ਾਪੁਰ ਦੇ ਨਿਰਮਾਤਾ ਦੇ ਸ਼ਹਿਰ ਨੂੰ ਨਵੀਂ ਪੇਸ਼ਕਸ਼ ਦੇਣ ਵਾਲੀ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਨਜ਼ਰ ਆਉਣ ਵਾਲੀ ਹੈ ਘਟਨਾ ਵਿੱਚ ਕਦੇ ਕਿਰਦਾਰ ਅਸਲੀਅਤ ਦੇ ਕਾਫ਼ੀ ਕਰੀਬ ਹੈ। ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ ਕੇਦਾਰਨਾਥ ਦੀ ਹਾਲ ਹੀ 'ਚ ਦੂਜਾ ਗੀਤ ਸਵੀਟ ਹਾਰਟ ਰਿਲੀਜ਼ ਹੋਇਆ। ਹਰਿਆਣਵੀ ਡਾਂਸਰ ਸਪਨਾ ਚੌਧਰੀ ਪ੍ਰੋਗਰਾਮ 'ਚ ਕਾਫ਼ੀ ਹੰਗਾਮਾ ਹੋਇਆ। ਇਸ ਦੌਰਾਨ ਉੱਥੇ ਭੀੜ 'ਚ ਭੱਜ ਦੌੜ ਮੱਚ ਗਈ ਅਤੇ ਇਸ ਭੱਜ ਦੌੜ 'ਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ 12 ਲੋਕ ਜ਼ਖਮੀ ਹੋਏ ਨੇ। ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ ਬ੍ਰਹਮਾਸਤਰ ਨੂੰ ਲੈ ਕੇ ਵੱਡਾ ਐਲਾਨ ਹੋਇਆ। ਫਿਲਮ ਦੀ ਰਿਲੀਜ਼ ਡੇਟ ਅਨਾਊਂਸ ਹੋ ਗਈ ਹੈ। ਕਰਨ ਜੌਹਰ ਨੇ ਟਵੀਟ ਕਰਕੇ ਕਿਹਾ ਕਿ ਫਿਲਮ ਬ੍ਰਹਮਾਸਤਰ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਰਿਲੀਜ਼ ਦਾ ਆਲੀਆ ਅਤੇ ਰਣਬੀਰ ਦੋਵਾਂ ਨੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ।